ਪ੍ਰਾਪਰਟੀ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਇੱਟਾਂ ਰੋੜੇ ਚੱਲੇ ਨੇ, ਲਾਠੀ ਡੰਡਿਆਂ ਦੀ ਬਰਸਾਤ ਕੀਤੀ ਗਈ ਹੈ ਅਤੇ ਕਹੀਆਂ ਦੇ ਨਾਲ ਕਈਆਂ ਦੇ ਸਿਰ ਵੀ ਖੋਲ੍ਹ ਦਿੱਤੇ ਨੇ। ਤਾਂ ਦੱਸ ਦਈਏ ਕਿ ਪੁਰਾਣਾ ਮਾਮਲਾ ਦੋ ਧਿਰਾਂ ਦੇ ਵਿਚਕਾਰ ਪ੍ਰਾਪਰਟੀ ਦਾ ਚੱਲਿਆ ਆ ਰਿਹਾ, ਹਾਲਾਂਕਿ ਪਹਿਲਾਂ ਵੀ ਇਹਨਾਂ ਦੀ ਕਈ ਵਾਰ ਲੜਾਈ ਹੋ ਚੁੱਕੀ ਹੈ। ਮਿਲ ਬੈਠ ਕੇ ਇਹ ਪਹਿਲਾਂ ਇੱਕ ਦੂਜੇ ਦੇ ਨਾਲ ਗੱਲ ਨੂੰ ਹੱਲ ਕਰਨਾ ਚਾਹੁੰਦੇ ਸੀ, ਪਰ ਕਿਹਾ ਜਾ ਰਿਹਾ ਕਿ ਬੀਤੇ ਦਿਨਾਂ ਦੋਵੇਂ ਹੀ ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਜਿਵੇਂ ਹੀ ਆਮੋ ਸਾਹਮਣੇ ਹੋਈਆਂ ਅਤੇ ਦੋਵਾਂ ਦੇ ਵਿਚਕਾਰ ਲਾਠੀ ਡੰਡੇ ਚੱਲ ਪਏ, ਆਪਣੇ ਆਪਣੇ ਬੰਦੇ ਬੁਲਾਏ ਗਏ ਅਤੇ ਉਹਨਾਂ ਦੇ ਨਾਲ ਵੀ ਉੱਥੇ ਲੜਾਈ ਹੋਈ ਹੈ। ਤਾਂ CCTV ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਲਾਠੀ ਡੰਡੇ ਇੱਕ ਦੂਜੇ 'ਤੇ ਵਰਸਾਏ ਜਾ ਰਹੇ ਨੇ। ਔਰਤਾਂ ਨੂੰ ਵੀ ਇਸ ਲੜਾਈ ਦੇ ਵਿੱਚ ਨਹੀਂ ਬਖਸ਼ਿਆ ਗਿਆ, ਹਾਲਾਂਕਿ ਇਸ ਦੇ ਵਿੱਚ ਇੱਕ ਔਰਤ ਦਾ ਸਿਰ ਦੇ ਵਿੱਚ ਕਹੀ ਮਾਰ ਕੇ ਸਿਰ ਖੋਲ੍ਹ ਦਿੱਤਾ ਹੈ ਅਤੇ ਦੋਵਾਂ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੋ ਗੁਆਂਢੀ ਪ੍ਰਾਪਰਟੀ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ, ਹਾਲਾਂਕਿ ਪਹਿਲਾਂ ਇਹਨਾਂ ਦਾ ਕਈ ਵਾਰ ਸਮਝੌਤਾ ਵੀ ਹੋ ਚੁੱਕਾ ਹੈ, ਪਰ ਬੀਤੇ ਦਿਨਾਂ ਜਦੋਂ ਆਮੋ ਸਾਹਮਣੇ ਹੋਏ ਤਾਂ ਉਦੋਂ ਇਹਨਾਂ ਦੇ ਵਿਚਕਾਰ ਲਾਠੀ ਡੰਡੇ ਚੱਲ ਪਏ, ਹਾਲਾਂਕਿ ਇੱਕ ਦੂਜੇ ਦੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ, ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਅਤੇ ਹੁਣ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਨੇ ਦੋਵਾਂ ਹੀ ਧਿਰਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ। ਤਾਂ ਤਸਵੀਰਾਂ CCTV ਦੇ ਵਿੱਚ ਵੀ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲਾਠੀ ਡੰਡੇ ਇੱਕ ਦੂਜੇ 'ਤੇ ਬਰਸਾਏ ਗਏ ਨੇ, ਔਰਤਾਂ ਦੇ ਵੱਲੋਂ ਲੜਾਈ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਔਰਤਾਂ ਨੂੰ ਵੀ ਇਸ ਦੇ ਵਿੱਚ ਨਹੀਂ ਬਖਸ਼ਿਆ ਗਿਆ। ਇਹ ਝਗੜਾ ਜਗ੍ਹਾ ਜਗ੍ਹਾ ਕਰਕੇ ਹੋਇਆ ਵਾ। ਜਦੋਂ ਬਿੱਲੂ ਆਇਆ ਨਾ, ਬਿੱਲੂ ਨੇ ਮੇਰੇ ਜੇਠ ਨੂੰ, ਭਾਅ ਜੀ ਨੂੰ ਇਕੱਲੇ ਨੂੰ ਬੰਦੇ ਪਵਾ ਤੇ ਮੇਰੇ ਅੰਦਰ ਬੇਟੀ ਨੂੰ ਬਾਹਰ ਰੋਲੇ ਦੀ ਪਾ ਜੇ ਪ੍ਰਵੀਨ ਲਲਕਾਰੇ ਮਾਰਦੀ ਆ ਰਹੀ ਸੀ ਕਿ ਇਹਨਾਂ ਨੂੰ ਫੜ ਲਓ, ਇਹਨਾਂ ਦਾ ਅੱਜ ਕੋਈ ਬੰਦਾ ਨਹੀਂ ਛੱਡਣਾ। ਜਦੋਂ ਮੈਂ ਵਿੱਚ ਪਈ ਤੇ ਪ੍ਰਵੀਨ ਨੇ ਆਪਣੇ ਮੁੰਡੇ ਨੂੰ ਕਹਿ ਕੇ ਮੇਰੇ ਦੇ ਵੀ ਕਈ ਮਰਵਾ ਦਿੱਤੀ ਕਿ ਇਹਦਾ ਵੀ ਸਿਰ ਮੂੰਹ ਪਾੜ ਦੋ, ਦੇਖੀ ਜਾਊਗੀ ਬਾਅਦ ਚ। ਬਿੱਲੂ ਪਿਆ ਬਿੱਲੂ ਨੇ ਮੈਨੂੰ ਗਲੇ ਤੋਂ ਫੜ ਕੇ ਮੇਰੇ ਕਈ ਸਿਰ ਚ ਮਾਰ, ਬਿੱਲੂ ਨਾ ਜੋਬਨ ਸੀ, ਬਿੱਲੂ ਦੇ ਭਰਾ ਸੀ, ਅੰਬ ਸੀ ਗਲੀ ਦਾ। ਸਾਨੂੰ ਇਹਨਾਂ ਤੋਂ ਬਹੁਤ ਖਤਰਾ ਵਾ, ਸਾਡੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜੀ। ਮਾਮਲਾ ਜੀ ਜਗ੍ਹਾ ਦਾ ਮਾਮਲਾ ਹੈ ਤੇ ਜਿਹੜੀ ਜਗ੍ਹਾ ਵਾ ਉਹ ਗਲੀ 'ਚ ਆ, ਸਾਡੀ ਇਹਨੇ ਦੁਕਾਨ ਹੀ ਪਹਿਲੇ ਉਹ ਤੋੜੀ ਆ, ਸਾਨੂੰ ਇਹ ਕਹਿੰਦਾ ਇੱਕ ਪਿੱਛੇ ਬਣਾ ਕੇ ਦਊਂਗਾ ਮੈਂ, ਇਹ ਬਿੱਲੂ ਅਨੇ ਕੇਰ ਕੋਖਰ ਨੇ। ਬਾਅਦ 'ਚ ਇਹਨੇ ਆਪਣਾ ਦੁਕਾਨ ਪਾ ਕੇ ਉਹ ਜਗ੍ਹਾ ਸਾਨੂੰ ਬਣਾ ਕੇ ਨਹੀਂ ਦਿੱਤੀ, ਪਿੱਛੇ ਥੋੜ੍ਹੀ ਹੋਰ ਜਗ੍ਹਾ ਵਾ, ਉੱਥੇ ਕਹਿੰਦਾ ਮੈਂ ਦੁਕਾਨ ਪਾ ਕੇ ਦੇਵਾਂਗਾ, ਠੀਕ ਜੇ। ਅਤੇ ਬਾਅਦ 'ਚੋਂ ਜੀ ਇਹਨੇ ਜਗ੍ਹਾ ਸਾਨੂੰ ਦੁਕਾਨ ਬਣਾ ਕੇ ਨਹੀਂ ਦਿੱਤੀ, ਇਹ ਬਾਅਦ 'ਚੋਂ ਗੋਲੀ ਦੇ ਕੇਸ 'ਚ ਅੰਦਰ ਚਲ ਗਿਆ। ਬਾਅਦ 'ਚ ਇਹਨੇ ਆਪਣੇ ਥੋੜ੍ਹੇ ਮੁੰਡੇ ਭੇਜ ਕੇ ਅਤੇ ਉਹ ਥੋੜ੍ਹੀ ਕੰਧ ਕੀਤੀ ਹੈ ਅਤੇ ਉਹ ਮੇਰੇ ਭਤੀਜੇ ਨੇ ਸਮੀਰ ਨੇ ਤੋੜਤੀ ਦੋ ਚਾਰ ਵਾਰ ਹੀ ਜੇ। ਇਹਨੇ ਫਿਰ ਸਾਡੇ 'ਤੇ ਉੱਥੇ ਮੁੰਡੇ 'ਤੇ ਵਾਰ ਕਰਾਇਆ, ਉਹਦੇ 'ਤੇ ਤੇਜ਼ ਹਥਿਆਰਾਂ ਨਾਲ, ਦਾਤਰ ਕਿਰਪਾਨਾਂ ਨਾਲ ਅਤੇ ਪਿਸਟਨ ਪੁਸ਼ਟਨ ਵੀ ਇੰਨਾ ਕੁ ਹੈਗੇ ਸੀ ਜੀ। ਉਦੋਂ ਵੀ ਆਪਾਂ ਇਹਦੇ 'ਤੇ FIR ਦਰਜ ਕਰਾਈ ਸੀ ਜੇ ਸੀ ਅਤੇ ਸੀ ਡਿਵੀਜ਼ਨ ਥਾਣੇ 'ਚ ਜੇ। ਬਾਅਦ 'ਚ ਉਹ ਕੁਛ ਟਾਈਮ ਪਾ ਕੇ ਉਹ ਗੱਲ ਠੰਡੀ ਹੋ ਗਈ, ਉਸ ਤੋਂ ਬਾਅਦ ਇਹਨੇ ਸਾਡੇ ਘਰ ਦੇ ਸਾਰੇ ਪਰਿਵਾਰ 'ਤੇ ਪਰਚਾ ਕਰਾਤਾ ਕਿ ਜੀ ਚੋਰ ਹੈ, ਇਹਨੇ ਸਾਡੇ ਮੋਬਾਈਲ ਚੋਰੀ ਕੀਤੇ ਆ, 1.5 ਲੱਖ ਰੁਪਈਆ ਸਾਡਾ ਚੋਰੀ ਕਰ ਲਿਆ। 23 ਤਰੀਕ ਨੂੰ ਜੀ ਆਪਣਾ ਰੋੜੇ ਦੁਕਾਨ 'ਚ ਬੁਲਾ ਕੇ ਸਾੜਨਾ, ਕਈਆਂ ਨੇ ਪ੍ਰਧਾਨ ਰਾਜੂ ਨੇ ਵਿੱਚ ਬਹਿ ਕੇ ਫੈਸਲਾ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਘਰਾਂ ਜਾਓ, ਕੋਈ ਗੱਲ ਨਹੀਂ ਮੈਂ ਬਹਿ ਕੇ ਗੱਲ ਕਰ ਲੈਂਦਾ। ਇਹ ਬਾਹਰ ਨਿਕਲਿਆ, ਇਹਨੇ ਆਪਣੇ ਭਰਾ ਨਿਕੇਤ ਨੂੰ ਕਿਹਾ ਕਿ ਜਾ ਮੇਰਾ ਪਿਸਟਲ ਲੈ ਕੇ ਆ।
ਉਹ ਪਿਸਟਲ ਲੈਣ ਚਲ ਗਿਆ ਜੇ ਘਰੋਂ ਤੇ ਮੇਰੇ ਭਰਾ ਦੋਨੇ ਬਾਹਰ ਹੀ, ਮੈਂ ਘਰ ਆ ਗਿਆ ਸੀ। ਮੈਂ ਜਦੋਂ ਘਰ ਆਇਆ ਤੇ ਬਾਹਰ ਵੇਖਿਆ ਕਿ ਮੇਰੇ ਭਰਾਵਾਂ ਨੂੰ ਇਹਨੇ ਮੁੰਡੇ ਪਵਾਤੇ ਆ। ਅਨਿਕੇਤ ਖੋਖਰ ਸੀ, ਆਪਣਾ ਬਿੱਲੂ ਸੀ ਜੇ, ਜੋਬਨ ਗਿੱਲ ਸੀ, ਪਵਨ ਸੀ, ਪੂਰਵ ਭੰਬ, ਹੋਰ ਹੀ ਪੰਜ ਸੱਤ ਦਸ ਮੁੰਡੇ ਹੈਗੇ ਸੀ ਜੇ। ਇਹਨਾਂ ਨੇ ਮੇਰੇ ਭਰਾ ਨੂੰ ਫੜਿਆ, ਮੈਂ ਜਾ ਕੇ ਛਡਾਇਆ। ਉਧਰੋਂ ਪ੍ਰਵੀਨ ਆਈ ਆ, ਇਹਦੀ ਮਾਂ, ਉਹ ਲਲਕਾਰੇ ਮਾਰਦੀ ਆਈ ਆ ਕਿ ਫੜੋ ਇਹਨਾਂ ਨੂੰ, ਵੱਢ ਦਿਓ ਅੱਜ, ਜੋ ਕੁਛ ਹੋਊਗਾ ਵੇਖੀ ਜਾਊਗੀ। ਪੈਸੇ ਲਾ ਕੇ ਅਸੀਂ ਪੁਲਿਸ ਨੂੰ ਪੈਸੇ ਭਰ ਕੇ ਤੇ ਬਾਹਰ ਆ ਜਾਵਾਂਗੇ। ਅਸੀਂ ਕਹਿੰਦੇ ਸਾਨੂੰ ਇਹਨੂੰ ਇਹਦੇ ਕੋਲ ਬਚਾਇਆ ਜਾਵੇ। ਹਾਂਜੀ, ਸਾਨੂੰ ਖਤਰਾ ਜੀ, ਪੂਰਾ ਖਤਰਾ ਇਹਦੇ ਤੋਂ। ਜਦੋਂ ਮਰਜ਼ੀ ਇਹਦੀ ਮਾਂ ਲਲਕਾਰਾ ਮਾਰ ਜਾਂਦੀ ਆ, ਕੋਈ ਨੀ, ਵੇਖ ਲਾਂਗੇ ਜੀ, ਮਾਰ ਦਾਂਗੇ, ਗੋਲੀ ਮਾਰ ਦਾਂਗੇ। ਜਿਹਦੇ ਜੀ ਦੋ ਪਾਰਟੀਆਂ ਜਿਹੜੀਆਂ ਹੁਸੈਨਪੁਰਾ ਚੌਂਕ ਦੀਆਂ ਰਹਿਣ ਵਾਲੀਆਂ, ਆਂਢੀ ਗੁਆਂਢੀ ਨੇ, ਉਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲਦੀ ਸੀ। ਉਹਦੇ ਵਿੱਚ ਇੱਕ ਪਾਰਟੀ ਜਿਹੜੀ ਹੈ ਸੰਨੀ ਪੁੱਤਰ ਸ਼ਾਮ ਲਾਲ, ਉਹਨਾਂ ਦੀ ਤਿੰਨ ਧਿਰਾਂ ਦੇ ਜਿਹੜਾ ਸੱਟਾਂ ਲੱਗੀਆਂ ਸੀ, ਜਿੱਥੇ ਸੰਨੀ ਦੇ ਬਿਆਨ ਜਿਹੜੇ ਆ ਦਰਜ ਕਰਕੇ ਮੁਕੱਦਮਾ ਨੰਬਰ 98/24 ਅੰਡਰ ਸੈਕਸ਼ਨ 323, 343, 506, 148, 149 IPC ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ। ਇਸੇ ਤਹਿਤ ਜਿਹੜੀ ਦੂਜੀ ਪਾਰਟੀ ਵੱਲੋਂ ਜਿਹੜੀ ਆ ਪ੍ਰਵੀਨ ਕੌਰ ਪਤਨੀ ਗੁਲਜ਼ਾਰ ਮਸੀਹ ਵੱਲੋਂ ਦਰਖਾਸਤ ਵਸੂਲ ਹੋਈ ਸੀ ਕਿ ਸੰਨੀ ਧਿਰ ਵੱਲੋਂ ਜਿਹੜੀ ਉਹਨਾਂ ਦੇ ਘਰ ਦੀ ਭੰਨਤੋੜ ਕੀਤੀ ਗਈ ਹੈ, ਜਿਸ 'ਤੇ ਜਿਹੜਾ ਕਰਾਸ ਕੇਸ ਜਿਹੜਾ ਆ ਅਧੀਨ ਧਾਰਾ 427, 452, 148, 149 IPC ਜਿਹੜਾ ਦਰਜ ਰਜਿਸਟਰ ਕੀਤਾ ਗਿਆ। ਅਤੇ ਇਹ ਦੋਵਾਂ ਦੀ ਜਿਹੜੀ ਆ ਡੂੰਘਾਈ ਨਾਲ ਜਿਹੜੀ ਆ ਤਫਤੀਸ਼ ਜਿਹੜੀ ਕੀਤੀ ਜਾ ਰਹੀ ਹੈ। ਝਗੜੇ ਦਾ ਇਹਨਾਂ ਦਾ ਆਪਸੀ ਪਹਿਲਾਂ ਵੀ ਦੋਨਾਂ ਪਾਰਟੀਆਂ ਦੇ ਮੰਦਿਰ ਦੇ ਨਾਲ ਲੱਗਦੀ ਜਗ੍ਹਾ ਨੂੰ ਲੈ ਕੇ, ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ ਸੀ। ਉਸੇ ਦੀ ਵਾਸਤੇ ਜਿਹੜੇ ਆ ਬਹੁਤ ਵਾਰ ਵਿਅਕਤੀਆਂ ਨੇ ਇਹਨਾਂ ਦਾ ਬੈਠ ਬਿਠਾ ਕਰਾਉਣ ਲਈ ਰਾਜਨਾਮੇ ਲਈ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ, ਜਿੱਥੇ ਇਹਨਾਂ ਦਾ ਗੱਲ ਸਿਰੇ ਨਹੀਂ ਲੱਗੀ ਅਤੇ ਦੋਨੋਂ ਪਾਰਟੀਆਂ ਉੱਥੋਂ ਉੱਥੇ ਆ ਗਈਆਂ। ਜਿਸ ਤੋਂ ਬਾਅਦ ਜਿਹੜਾ ਆ ਰਾਜੀਵ ਖੋਖਰ ਨੇ ਆ ਕੇ ਜਿਹੜਾ ਆ ਰਸਤਾ ਰੋਕ ਕੇ ਜਿਹੜਾ ਕਾਦਰ ਨੂੰ ਜਿਹੜਾ ਉੱਥੇ ਕੁੱਟਮਾਰ ਦੀ ਕੀਤੀ ਅਤੇ ਦੂਜੀ ਪਾਰਟੀ ਦੀਆਂ ਸੱਟਾਂ ਮਾਰੀਆਂ ਸੀ, ਜਿੱਥੇ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਨਹੀਂ, ਫਿਲਹਾਲ ਅਜੇ ਕੋਈ ਅਰੈਸਟ ਨਹੀਂ ਹੈ, ਦੋਸ਼ੀ ਅਜੇ ਵੇਟ ਕਰ ਰਹੇ। MLR ਰਿਪੋਰਟ ਅਜੇ ਵੇਟਡ ਨੇ। MLR ਰਿਪੋਰਟ ਆਉਣ 'ਤੇ ਜਿਹੜੀ ਵੀ ਉਹਦੇ 'ਚ ਬਣਦੀਆਂ ਸੱਟਾਂ, ਜਿਹੜੀਆਂ ਇੰਜਰੀਜ਼ ਆਉਣਗੀਆਂ, ਉਹਦੇ ਅਕੋਰਡਿੰਗ ਜਿਹੜਾ ਵਾਧਾ ਜੁਰਮ ਕੀਤਾ ਜਾਵੇਗਾ।